पाओ सिर्फ दो खब्बे दे चा भाई मैं कणक वास्ते रखनी है भाई खब्बड़ वाट ले सा तिल्ला ही कोई रोलिया मेरी गाल सुन तू हर दफा ना मैनू कोई ना ओ कतल खैर है कतल दे के कतल ओ कतल तारे आई है नहीं मैं नहीं किता मेरे सामने कतल थी कि मैं क्या नहीं बचा सके ओए होए अब त्रोई खुदा दी कोई सुनता नहीं हाय अल्लाह दा नाम क्यों मरूं मैं ये तेरे सामने होया है ਇਦੂ ਵੇਖਿਆ ਹੀ ਤਾਂ ਇਦੂ ਕੰਨਾਂ ਨੂੰ ਸਮੇਂ ਲਕਾਟ ਜਾ ਹਾਂ ਹਾਂ ਅਗਾ ਨਿਕਲਣ ਕਰ ਤੇਰੀ ਮਿਹਰਬਤ ਕਿਸੇ ਨੂੰ ਦੱਸੀ ਨਾ ਮਰਸੀ ਕਿ ਨਹੀਂ ਅਗਾ ਜਾ ਤੇਰੇ ਜ਼ਿਮੇ ਪੇਟੇ ਲੱਗ ਜਾਵਣਾ ਹੀ ਕਾਕੀ ਲੈ ਬੇ ਰੋਲਿਆ ਆ ਛੋਹਰ ਮਰਸੀ ਯਕੀਨ ਕਰ ਜੇ ਕਿਸੇ ਨੂੰ ਇਸ ਦਾਸ ਛੱਡਿਆ ਉਹਨਾਂ ਹਣਾ ਕਤਲ ਕੀਤਾ ਹੀ ਇਸੇ ਇਸ ਫਸ ਜਾਵਣਾ ਉਹ ਸੱਚੇ ਲੋਗੀ ਆ ਦੇਣ ਜਿਹੜਾ ਕਰਾਣ ਵਾਲਾ ਬਚ ਜਾਂਦਾ ਤੇ ਵੇਖਣ ਵਾਲਾ ਫਸ ਜਾਂਦਾ ਹੈ ਹੁਣ ਮੇਰੀ ਗੱਲ ਸੁਣ ਆਪਾਂ ਤਾਂ ਬਹੁ ਕਿਸੇ ਅੱਗੇ ਨਾ ਹੀ ਨਹੀਂ ਲੈਣਾ ਨਹੀਂ ਤਾਂ ਐਵੇਂ ਫਸਣਾ ਹੈ ਫਸਣਾ ਇਸ ਸੀ ਆਖਿਆ ਮੈਂ ਉਹਨਾਂ ਨੂੰ ਦੱਸਿਆ ਤਾਂ ਪੱਕਾ ਸੰਤਾਲਾ ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਸੁੱਲੀ ਠੀਕ ਠੀਕ ਰੋਲਾ ਤੂੰ ਸੁਣਾ ਠੀਕ ਆ ਗੱਲ ਹੈ ਬਈ ਇੱਕ ਮੇਰਾ ਨਿੱਕਾ ਜਿਹਾ ਮੀਆਂ ਉਹ ਕੰਮ ਚ ਕਰੋ ਨਹੀਂ ਅੱਲਾ ਦਾ ਨਹੀਂ ਤੁਹਾਨੂੰ ਮੀਆਂ ਮਾਫ ਕਰੋ ਕਿਤੇ ਉੜਦੇ ਜਾ ਆਹਾ ਅੱਜ ਤੁਹਾਨੂੰ ਮਾਫੀ ਭਾਈ ਬਿਲਕੁਲ ਨਹੀਂ ਟੇੜੀ ਹਲੋ ਨਹੀਂ 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 ਦੇ ਆਈ ਦੇ ਚੰਗਾ ਯਾਰ ਮੈਨੂੰ ਸ਼ਾਮ ਨਿੱਕਾ ਜਿਹਾ ਕਰ ਹਲੋ ਸਿੱਧਾ ਸਿੱਧਾ ਆਈ ਸਿੱਧਾ ਹੋ ਬਾਬਾ ਹੈਲੀਕਾਪਟਰ ਜੀ ਅੱਲਾ ਦਾ ਨਹੀਂ ਅਸੀਂ ਪਾਣੀ ਛੱਡ ਕੇ ਆਇਆ ਸੀ ਸਾਡੀ ਵਾਈ ਸਾਰੀ ਬੋਟ ਗਿਆ ਸੀ ਤੇ ਮਾਂ ਤੇ ਮਾਂ ਆ ਦੇ ਘਰ ਛੱਡ ਕੇ ਤੁਹਾਡੇ ਕੋਲ ਆ ਖੜਤਾ ਵੇ ਕਿਵੇਂ ਮੇਰੇ ਨਿੱਕੇ ਨਿੱਕੇ ਮਾਂ ਲੜੀ ਮੇਰੇ ਤੁਹਾਨੂੰ ਮਾਫ ਕਰ ਦੇ ਉਹ ਤਾਂ ਭਾਈਆ ਮੇਰੇ ਵੀ ਤਾਂ ਨਿੱਕੇ ਨਿੱਕੇ ਬਾਲ ਨੇ ਇਹਨੂੰ ਕੀ ਕਰ ਆ ਵੇ ਕਿਵੇਂ ਖੁਦਾ ਦਾ ਨਾਮ ਸਾਨੂੰ ਮਾਫ ਕਰ ਦੇ ਇਸੇ ਸੇ ਨਾਲ ਤਾਂ ਮੈਂ ਕੰਮ ਕਰਨਾ ਹੋਇਆ ਆ ਸਾਨੂੰ ਪਤਾ ਹਲੋ ਪਿਛਾ 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 ਨਾ ਸੁਣਾ ਨਹੀਂ ਅੱਜ ਤਾਂ ਤੂੰ ਸਾਨੂੰ ਨਾ ਸੁਣਾਈ ਨੇ ਸਾਨੂੰ ਹੁਣ ਜਾਵਣ ਦੇ ਤੁਸੀਂ ਮੈਨੂੰ ਜਾਵਣ ਦੇ ਹੋ ਜਾ 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 ਆਹਾ ਕਾਲਾ ਮੇਰਾ ਨਿੱਕਾ ਦਾ ਕੰਮ ਕਰੋ ਓਏ ਮਰ ਗਿਆ ਤਾਂ ਰੋਲੇ ਤੂੰ ਕਰ ਓਏ ਕਿ ਮੈਂ ਕਿ ਨਾ ਮੈਂ ਪਾਸ ਜਾਵਣਾ ਓ ਭਾਈਆ ਮੈਨੂੰ ਪੱਠਾਂ ਦੇ ਥੱਪੇ ਦਿਓ ਪੱਠੇ ਪੱਠੇ ਆ ਸਾਰੇ ਤੇਰੇ ਨੇ ਕਮਾਂਡ ਵੀ ਵਾੜ ਲੈ ਅੱਛਾ ਆ ਉਹ ਸਮਝ ਨਹੀਂ ਪੱਠੇ ਕਰ ਉਹ ਕਿਤਨੇ ਮਰ ਵੀ ਵਾੜ ਲੈ ਚਲੋ ਠੀਕ ਹੈ ਮੀਆਂ ਮੈਂ ਆ ਬਾ ਠੀਕ ਹੈ ਠੀਕ ਠੀਕ ਜਾ ਹਾਂ ਠੀਕ ਹੈ ਆ ਠੀਕ ਹੈ ਓਏ ਜਾ 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 ਵਾੜ ਲੈ ਜਾ ਵਾੜ ਲੈ ਵਾੜ ਲੈ ਚਲੋ ਠੀਕ ਹੈ बोल पर फड़ी जावांगे इन्हें तो पुछना कोने पुलिस वालियां ने जिक्र भी नहीं करना यार चार खा दी बोरिया बेच दे यार पैसे इधर आ रहे फिर ले नहीं यार के कभी तेरे पैसे रखे या खाते हैं अस्सलाम वालेकुम भाई तो बैठा रे यार मैं तेरे बाल कर लूं तू ये गाबरे है क्यों बस ओ भाई गाबरे की और नहीं हेलीकॉप्टर हां जी उन्हें कत्ल कर दिया हां मां कौन की ने कर दिया यार ये तो सानू नहीं पता किवें कितना लेकर ना सी तेनू तां दस्ते पे भी बाच के रमी यार ते ऐसा लगदा सबू शरीफ है सीधा साडा ओ भाई असी भी में सब जैसे भी गरीब बंदा है ते शरीफ बंदा है लेकिन आज पता हल्का होया बता साडे कोलू आया अज तो पट्ठे देख जान छड़ाई हां जी अच्छा।
ਤੇ ਅੱਲਾ ਦੇ ਬੰਦੇ ਅਸੀਂ ਜਾਂਦੇ ਪਿਆ ਤੇ ਬਾਅਦ ਚ ਕਿਹੜਾ ਵੀ ਹਾਂ ਤੇ ਉਹਦੇ ਵਿੱਚ ਨਾ ਇੱਕ ਗੱਲ ਹੋਰ ਹੈ ਕਿ ਅਗਾ ਹੋਰਨਾਂ ਨੂੰ ਵੀ ਦੱਸੀ ਅੱਛਾ ਹਾਂ ਆ ਉਹਦਾ ਪਿਆ ਨਿਕਲ ਗਿਆ ਮਰ ਗਿਆ ਇੱਥੇ ਲੁਕਾ ਦੀ ਨਿਕਲ ਗਿਆ ਸੁਲੀ ਮੀਆ ਉਹ ਪੱਠੇ ਦਿੰਦੇ ਨਹੀਂ ਤੇਰੇ ਮੀਆ ਤੇਰੀ ਬੜੀ ਮਿਹਰਬਾਨੀ ਤੋਂ ਮੈਨੂੰ ਪੱਠੇ ਦਿੱਤੇ ਠੀਕ ਹੈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਵਾਲਾ ਸ਼ੁਕਰੀਆ ਅਦਾ ਕਰਨ ਆ ਜਾ ਅੱਲਾ ਦਾ ਨਾਮ ਅੱਲਾ ਦਾ ਨਾਮ ਭਾਗ ਗਿਆ ਉਹ ਯਾਰ ਕੀ ਮੈਨੂੰ ਡਰਦੇ ਕਿਉਂ ਮੈਂ ਬੰਦੇ ਖਾਂਦਾ ਰਹਿੰਦਾ ਬੰਦੇ ਖਾਂਦਾ ਨਹੀਂ ਮਾਰਦਾ ਤਾਂ ਹੈ ਨਾ ਮਰਿੰਦਾ ਤਾਂ ਹੈ ਬੰਦੇ ਉਹ ਕਿਹੜੇ ਬੰਦੇ ਜਿਹੜੇ ਕਤਲ ਕੀਤਾ ਹੈ ਉਹ ਮਾਂ ਬੇਵਕੂਫਾ ਕਤਲ ਮਾਂ ਤਾਂ ਕਦੇ ਮੱਖੇ ਨੇ ਮਾਰੀ ਉਹ ਛੋਰ ਮੁਰ ਕੁੜੀ ਆਈ ਕਿਹੜੀ ਛੋਰ ਬੋਲ 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 ਨਹੀਂ ਆਪਣੇ ਪਿੰਡ ਦੀ ਹਾਂ ਹਾਂ ਉਹ ਬਾਜ ਕੇ ਤੇਰੇ ਤੋਂ ਪਹਿਲੇ ਸਾਡੇ ਕੋਲੋਂ ਲੱਗੀ ਹੈ ਕਿਆਂ ਦੀ ਵੀ ਇੱਕ ਕਤਲ ਹੁੰਦਾ ਮੈਂ ਆਪ ਦੇ ਤੂੰ ਤੂੰ ਆ ਗਿਆ ਇਸ ਤਾਂ ਸਮਝੇ ਤੂੰ ਕੀਤਾ ਕਤਲ ਉਹ ਬਾਜਾ ਛੋਰ ਕੂੜ ਮਰਨ ਦੀ ਨੇ ਗਈ ਕੂੜ ਮਰਦੀ ਹਾਂ ਨਹੀਂ ਉਸ ਵੇਖਿਆ ਤੋ ਪਿਆਂਦੀ ਆਏ ਤੂੰ ਤਾਂ ਬੂਤ ਆਖ ਸੀ ਗੱਲ ਮੈਂ ਆਖ ਸਾਂ ਅੱਜ ਫਾਈਲ ਉਹ ਤਾਂ ਵੇਖੇ ਕੋਈ ਬਾਬਾ ਕਿਤੇ ਵਾਗ ਗਏ ਹੋ ਮੈਂ ਵਾਗ ਕਿਤੇ ਗਏ ਹੋ ਮੈਂ ਉਹ ਆ ਕੁੱਲਾ ਬਾਹਰ ਅਰ ਐਵੇਂ ਉਹਨਾਂ ਦਾ ਕੋਈ ਨੁਕਸਾਨ ਹੋਏ ਕੁੰਡੀ ਬਾਹਰ ਲੱਗੀ ਸੀ मतलब सानू झूठ मारे भी मैं कतल होंदा वेख्या मैं तो कुड़ी के नहीं आज लो अच्छा कतल होया है इस तो नहीं किया ਜਿਲੋ ਮੈਂ ਤਾਂ ਕੁੜੀ ਕਹਿੰਦੀ ਆ ਜਿਲੋ ਚਲ ਆ ਚਲ ਆ ਚਲ ਆ ਮੈਂ ਤਾਂ ਕੁੜੀ ਕਹਿੰਦੀ ਇਹ ਦੇਖ ਇਹ ਕਤਲ ਦੇ ਆਪੇ ਇਹ ਤਾਂ ਬਿੱਲੀ ਹੈ ਇਹ ਤਾਂ ਬਿੱਲੀ ਹੈ ਤੇ ਮੈਂ ਇਹ ਤਾਂ ਤਾਂ ਕਿ ਮੈਂ ਦੁਆ ਕੋ ਲੈ ਹੁਣ ਦੱਸੋ ਤੁਸੀਂ ਦੱਸ ਸੁਣ ਲੈ ਨਹੀਂ ਮੁੜ ਅਸੀਂ ਐਵੇਂ ਡਰਦੇ ਵਦੇ ਅਸੀਂ असल सानू ऐसा क्या है कि कतल हो गया तो मैं बचा नहीं सकी ये याद आ गई है पिछू तू आ गया सानू की पता तो है कतल नहीं ये कतल और मैं किता नहीं को कुत्ते मार प्यान मैं को कहने बचा सकी ओ तेरा बेड़ा घर को जावे ओ कुत्ते तो मेरे के मेरे में तेरे फर्क नजर नहीं आंदा पे मैं ते को कहने वाला कुत्ता आ के मी ता सुन ले ओटो ओ 1 मिनट सब्र कर तू तो आके अभी कतल होया ये तो बिल्ली मरी पई है तो बिल्ली जान क्यों नहीं आंदी ਇਸ ਗੱਲ ਸੱਚੀ ਹੈ ਬਿੱਲੀ ਜਾਨ ਤਾਂ ਹੁੰਦੀ ਹੈ ਕੋ ਕੁੱਤੇ ਇਹੋ ਕਿਤੇ ਪਿਆਨ ਬਲ ਮੈਂ ਗਈਆਂ ਚੁੜਵਾਉਣ ਲੇਕਿਨ ਉਹ ਪਹਿਲੇ ਹੀ ਕੋ ਮਾਰ ਦਿੱਤੇ ਨੇ ਮੇਰੇ ਵਿੱਚ ਲਾਗ ਵੀ ਨਹੀਂ ਗੱਲ ਬੱਦੇ ਆਣੀਆਂ ਨਹੀਂ ਇਸ ਗੱਲ ਨੂੰ ਤਾਂ ਛੋਰ ਸੱਚੀ ਹੈ ਵੇਖੀ ਨਾ ਇਹ ਵੀ ਆਖਰ ਕਤਲ ਹੈ ਇਹਦੇ ਵਿੱਚ ਵੀ ਜਾਨ ਹੈ ਬਿਲਕੁਲ ਜੀ ਠੀਕ ਹੋ ਗਿਆ ਨਾ ਤੇ ਨਾਜ਼ਰੀਨ ਗੱਲ ਇਹ ਹੈ ਕਿ ਇਹ ਨਹੀਂ ਕਿ ਅਸੀਂ ਇਹ ਸਟੋਰੀ ਬਣਾਈ ਹੈ ਇਹ ਸਟੋਰੀ ਅਸੀਂ ਇਸੇ ਵਜ੍ਹਾ ਤੋਂ ਬਣਾਈ ਹੈ ਹਕੀਕਤ ਵਾਕਿਆ ਸਾਡੀ ਅੱਖਾਂ ਦੇ ਸਾਹਮਣੇ ਅੱਜ ਹੋਇਆ ਅਸੀਂ ਸ਼ੂਟ ਕਰਦੇ ਪਏ ਸੀ ਅਚਾਨਕ ਇਹ ਜੇ ਨਜ਼ਰ ਪਈ ਤਾਂ ਕੁੱਤੇ 3-4 ਸੀ ਤੇ ਬਿੱਲੀ ਦੇ ਬੱਖੇ ਪਏ ਹੋਏ ਅਸੀਂ ਬੜੀ ਕੋਸ਼ਿਸ਼ ਕੀਤੀ ਅਸੀਂ ਬੱਜਿਆ ਵੀ ਇਹਨੂੰ ਬਚਾਈਏ ਲੇਕਿਨ ਸਾਡੇ ਜਾਣ ਤੋਂ ਪਹਿਲੇ ਜਿਹੜੀ ਨਾ ਬਿੱਲੀ ਖਤਮ ਹੋ ਗਈ ਸੀ ਤੇ ਇਹਦੇ ਤੇ ਅਸੀਂ ਸਟੋਰੀ ਇਸ ਵਾਸਤੇ ਬਣਾਈ ਹੈ ਕਿ ਤੁਸੀਂ ਵੀ ਕੁਝ ਖਿਆਲ ਕੀਤਾ ਕਰੋ ਅਕਸਰ ਵੇਖੋ ਬੱਚੇ ਜਾਨਵਰਾਂ ਨੂੰ ਫੱਦੀ ਫਿਰਦੇ ਹੁੰਦੇ ਨੇ ਠੀਕ ਹੈ ਕਿਸੇ ਦੇ ਗਾਲ 'ਚ ਪਟਾ ਪਾਇਆ ਕੰਨ ਵੱਢ ਦਿੱਤਾ ਉਹਨੂੰ ਗੋਟੂ ਦੇ ਦਿੱਤਾ ਛੇਕ ਕੇ ਮਾਰ ਦਿੱਤਾ ਠੀਕ ਹੈ ਇਹ ਜਿਹੜਾ ਜਾਨਵਰਾਂ 'ਤੇ ਜ਼ੁਲਮ ਹੁੰਦਾ ਨਾ ਇਹ ਸਮਝ ਲਓ ਕਿ ਆਪਣੇ ਵਾਸਤੇ ਇੱਕ ਅਜ਼ਾਬ ਹੁੰਦਾ ਆਪਾਂ ਜਾਨਵਰਾਂ 'ਤੇ ਜ਼ੁਲਮ ਕਰਨੇ ਆ ਅਤੇ ਅੱਲਾਹ ਤਾਲਾ ਉਸ ਚੀਜ਼ ਦਾ ਆਪਾਂ ਨੂੰ ਅਜ਼ਾਬ ਦਿੰਦਾ ਕਿਉਂਕਿ ਇਹਨਾਂ ਦੇ 'ਚ ਜਾਨ ਹੈ ਇਹ ਵੀ ਜਾਨਦਾਰ ਹਨ ਆਪਾਂ ਹੀ ਜਾਨਦਾਰ ਹਾਂ ਬਿਲਕੁਲ ਇੱਕੇ ਤਰ੍ਹਾਂ ਨਾਲ ਜਿਸ ਤਰ੍ਹਾਂ ਵੇਖੋ ਨਾ ਅੰਗਰੇਜ਼ ਜਿਹੜੇ ਹਨ ਉਹਨਾਂ ਕੋਲ ਜਦਾ ਦੌਲਤ ਕੁਛ ਹਾਲ ਹਨ ਕਿਉਂ ਉਹ ਮੁਹੱਬਤ ਬਹੁਤ ਕਰਦੇ ਹਨ ਜਾਨਵਰਾਂ ਨਾਲ ਬਿਲਕੁਲ ਬਿਲਕੁਲ ਤੇ ਆਪਾਂ ਨੇ ਜੇ ਬਿੱਲੀ ਹੈ ਆ ਕੁੱਤਾ ਹੈ ਠੀਕ ਹੈ ਸੀ ਇਹ ਨਹੀਂ ਆਂਦੇ ਕੋਲ ਜੋਲੀਆਂ 'ਚ ਪਵਾਓ ਲੇਕਿਨ ਉਹਨਾਂ ਨਾਲ ਜ਼ੁਲਮ ਤਾਂ ਨਾ ਕਰੋ ਹਾਂਜੀ ਹਾਂਜੀ ਰੋਟੀ ਉਹਨੂੰ ਪਾ ਸਕਦੇ ਜੇ ਪਾਓ ਜੇ ਨਹੀਂ ਪਾ ਸਕਦੇ ਜੇ ਬਲਕਿ ਪਾਣੀ ਚਾਹੀਦੀ ਹੈ ਨਹੀਂ ਪਾ ਸਕਦੇ ਤਾਂ ਉਹਨਾਂ ਨੂੰ ਮਾਰੋ ਕੁੱਤੋ ਨਾ ਲੱਤ ਬਾਹ ਨਾ ਤੋੜੋ ਹਾਂਜੀ ਠੀਕ ਹੈ ਤੇ ਇਹ ਜਦੋਂ ਅਸੀਂ ਇਹਨੂੰ ਵੇਖਿਆ ਨਾ ਸਾਨੂੰ ਬੜਾ ਗਣਾ ਦੁੱਖ ਹੋਇਆ ਅਸੀਂ ਵਿਹਲੇ ਬੈਠੇ ਸੀ ਖਾਣੇ ਦਾ ਟਾਈਮ ਸੀ ਤੇ ਅਸੀਂ ਸੋਚਿਆ ਵੀ ਚਲੋ ਇਹਦੇ ਤੇ ਇੱਕ ਸਟੋਰੀ ਬਣਾ ਦਈਏ ਤੇ ਹੁਣ ਸਾਨੂੰ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ।